ਲੁਧਿਆਣਾ ਦੇ ਹਲਕਾ ਕੇਂਦਰ ਅਧੀਨ ਸੂਫੀਆ ਚੌਂਕ ਨੇੜੇ ਬਣੇ ਸਕੂਲ ਆਫ ਐਮੀਨੈਂਸ ਦੇ ਵਿੱਚ ਵਿਧਾਇਕ ਪੱਪੀ ਪਰਾਸ਼ਰ ਦੇ ਉਦਘਾਟਨ ਤੋਂ ਬਾਅਦ ਐਮਪੀ ਰਵਨੀਤ ਬਿੱਟੂ ਵੀ ਪਹੁੰਚੇ, ਜਿੱਥੇ ਉਹਨਾਂ ਦੇ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਉੱਥੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਵੀ ਚੁਟਕੀ ਲੈਂਦੇ ਹੋਏ ਕਿਹਾ ਕਿ ਜੋ ਸਕੂਲ ਬਣਾਇਆ ਗਿਆ ਹੈ, ਇਹ ਸਕੂਲ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਤੇ ਇਸ ਦੇ ਵਿੱਚ ਬੱਚੇ ਚੰਗੀ ਸਿੱਖਿਆ ਹਾਸਲ ਕਰਨਗੇ। ਤਾਂ ਉੱਧਰ ਉਹਨਾਂ ਨੇ ਐਮਪੀ ਰਵਨੀਤ ਬਿੱਟੂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੌਣੇ 5 ਸਾਲ ਸ਼ਹਿਰ ਦੇ ਵਿੱਚੋਂ ਗਾਇਬ ਹੋਣ ਦੇ ਬਾਅਦ ਹੁਣ ਐਮਪੀ ਰਵਨੀਤ ਬਿੱਟੂ ਇਸ ਨੂੰ ਆਪਣੀਆਂ ਉਪਲਬਧੀਆਂ ਨਾ ਗਿਣਾਉਣ। ਤਾਂ ਸੈਂਟਰ ਦੇ ਲੋਕਾਂ ਨੂੰ ਖੁਸ਼ੀ ਵੀ ਹੋ ਰਹੀ ਆ ਔਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਇਹ ਜਿਹੜਾ ਐਡਾ ਵਧੀਆ ਸਕੂਲ ਗੌਰਮੈਂਟ ਦਾ ਸਕੂਲ ਬਣਾ ਕੇ ਇਸ ਹਲਕੇ ਦੇ ਲੋਕਾਂ ਨੂੰ, ਮੀਡੀਅਮ ਪਰਿਵਾਰਾਂ ਨੂੰ ਔਰ ਗਰੀਬ ਆਦਮੀ ਦੇ ਬੱਚਿਆਂ ਨੂੰ ਇਹ ਮਹਿਸੂਸ ਹੋਊਗਾ ਵੀ ਅਸੀਂ ਆਪਣਾ ਬੱਚਾ ਕੋਈ ਕੌਨਵੈਂਟ ਸਕੂਲ ਦੇ ਵਿੱਚ ਪੜ੍ਹਾ ਰਹੇ ਹਾਂ। ਇਹ ਬਹੁਤ ਵਧੀਆ ਗੱਲ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਦਾ ਪੰਜਾਬ ਦੇ 3.5 ਕਰੋੜ ਲੋਕਾਂ ਨਾਲ ਜਿਹੜਾ ਵਾਅਦਾ ਵਾ, ਉਹ ਇੱਕ ਉਸ ਵਾਅਦੇ ਦੀ ਇਹ ਲੜੀ ਆ ਜਿਹੜੀ ਹਲਕਾ ਸੈਂਟਰ 'ਚ 2 ਸਕੂਲ ਸਰਕਾਰੀ ਕੌਨਵੈਂਟ ਸਕੂਲ ਵਰਗੇ, ਇੱਕ ਮਿਲਰਗੰਜ, ਇੱਕ ਸੂਫੀਆਂ ਵਾਲੇ ਬਾਗ, ਇਹ ਬਹੁਤ ਜਲਦੀ ਕਰਕੇ ਤਿਆਰ ਕਰਕੇ ਬੱਚਿਆਂ ਦੇ ਸਪੁਰਦ ਕੀਤਾ ਜਾਊਗਾ। ਅੱਜ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਜਿਹੜੀ ਹੈ ਇੱਥੇ ਐਡਮਿਸ਼ਨ ਕਰਾਈ ਜਾ ਰਹੀ ਆ। ਇਹ ਸਾਨੂੰ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਕਿ ਆਓ ਆਪਾਂ ਸਾਰੇ ਹੀ ਅੱਜ ਇੱਥੇ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਾ ਕੇ ਉਹਦਾ ਲਾਭ ਲਈਏ ਔਰ ਲੋਕਾਂ ਦੀ ਜਿਹੜੀ ਸੇਵਾ ਵਾ ਉਹ ਮੇਰਾ ਲੋਕਾਂ ਨਾਲ ਵਾਅਦਾ ਵਾ, ਇਕੱਲੇ ਇਕੱਲੇ ਕੰਮ ਨੂੰ ਪੂਰਾ ਕੀਤਾ ਜਾਊਗਾ। ਦੇਖੋ ਹੁਣ MP ਦਾ ਪੱਕੀਆਂ ਪਕਾਈਆਂ ਰੋਟੀਆਂ ਪਾਉਣੇ 5 ਸਾਲ ਬਾਅਦ ਲੱਭਦਾ ਫਿਰਦਾ ਵਾ, ਕੰਮ ਕੋਈ ਕਰਾ ਰਿਹਾ, ਕੰਮ ਕੋਈ ਕਰ ਰਿਹਾ 2 ਸਾਲ ਤੋਂ। ਅੱਜ 4.5 ਸਾਲ ਇਲੈਕਸ਼ਨ ਆ ਗਏ, ਹੁਣ MP ਭੋਰੇ 'ਚੋਂ ਨਿਕਲ ਕੇ ਲੋਕਾਂ ਦੇ ਵਿੱਚ ਜਾਂਦਾ। ਪਰ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ, ਇਹਨੂੰ ਕਾਂਗਰਸੀਆਂ ਨੇ ਦਰਵਾਜ਼ਾ ਨਹੀਂ ਖੋਲ੍ਹਣਾ, ਇਹਨੇ ਜਿੰਨੇ ਮਰਜ਼ੀ ਬਣੇ ਹੋਏ ਲੋਕਾਂ ਦੇ ਕੰਮਾਂ ਦੇ ਉੱਤੇ ਆਪਣਾ ਹੱਕ ਜਿਤਾਈ ਜਾਵੇ। ਇਹਨੂੰ ਲੋਕਾਂ ਨੇ, ਜਿਹੜੇ ਬੰਦੇ ਨੇ ਕਿਸੇ ਵਰਕਰ ਦਾ ਫੋਨ ਨਹੀਂ ਚੱਕਿਆ, 10 ਸਾਲ ਇਹਨੂੰ ਮੌਕਾ ਦਿੱਤਾ ਲੋਕਾਂ ਨੇ, ਇਹਨੇ ਕਿਸੇ ਵਰਕਰ ਦਾ ਬਾਹਰ ਖੜ੍ਹੇ ਆ ਕਾਂਗਰਸੀਏ, ਇਹਨਾਂ ਨੂੰ ਕਹੋ ਆਪਣੇ ਇਮਾਨ ਦੇ ਨਾਲ ਦੱਸ ਦੇਣ ਵੀ ਇਹਨਾਂ ਦਾ ਇੱਕ ਟੈਲੀਫੋਨ ਕਿਸੇ MP ਨੇ ਚੱਕਿਆ ਹੋਵੇ ਔਰ ਕਿਸੇ ਦਾ ਕੰਮ ਕਰਾਇਆ ਹੋਵੇ। ਅੱਜ ਬਣੇ ਬਣਾਏ ਕੰਮ ਦੇ ਉੱਤੇ ਆ ਕੇ ਆਪਣੇ ਲੈ ਕੇ ਕਮਾਂਡੋ ਦੇ ਉੱਤੇ ਆਪਣਾ ਹੱਕ ਜਤਾਉਂਦਾ, ਲੋਕ ਜਾਣਦੇ ਆ, ਅੱਜ ਦੀ ਪੀੜ੍ਹੀ ਜਿਹੜੀ ਆ ਉਹ ਜਾਣਦੀ ਆ ਵੀ ਕਿਹਨੇ ਕੰਮ ਕਰਾਏ ਆ। 2 ਸਾਲ ਹੋ ਗਏ ਸਕੂਲ ਮਗਰ ਲੱਗ ਕੇ, ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਦੋਂ ਦੀ ਬਣੀ ਆ ਇਹ ਸਕੂਲ ਦੀ ਅੱਜ ਬਿਲਡਿੰਗ ਪੂਰੀ ਬਣ ਕੇ ਤਿਆਰ ਹੋ ਗਈ। ਹੁਣ ਉੱਥੇ ਆ ਕੇ ਆਪਣੀਆਂ ਰਾਜਨੀਤੀ ਰੋਟੀਆਂ MP ਸੇਕਣ ਨੂੰ ਫਿਰਦਾ ਵਾ, ਇਹਦੇ ਲਈ ਇਹਦੇ ਕਾਂਗਰਸੀ ਹੀ ਇਹਨੂੰ ਜਵਾਬ ਦੇ ਰਹੇ ਆ ਵੀ ਤੂੰ 4.5 ਸਾਲ ਕਿੱਥੇ ਰਿਹਾ ਵਾ, ਹੁਣ ਇਹ ਇੱਥੋਂ ਭੱਜਣ ਨੂੰ ਫਿਰਦਾ ਵਾ। ਸਿਰਫ ਫੋਕੀ ਰਾਜਨੀਤੀ ਕਰਨ ਲਈ ਅੱਜ ਇਹ ਲੋਕਾਂ ਦੇ ਬਣਾਏ ਹੋਏ ਕੰਮਾਂ ਦੇ ਉੱਤੇ ਆਪਣਾ ਅਧਿਕਾਰ ਦਿਖਾਉਂਦਾ ਫਿਰਦਾ ਵਾ। ਸਾਰੇ ਲੋਕ ਜਾਣਦੇ ਆ ਕਿਹਨੇ ਕੀ ਕੰਮ ਕੀਤਾ ਔਰ ਕਿਹੜਾ ਬੰਦਾ ਕੀ ਕੰਮ ਕਰ ਰਿਹਾ ਵਾ, ਉਹ ਇਸ ਗੱਲ ਦੀ ਇਹਨੂੰ ਜਲਦੀ ਆ ਲੋਕ ਸਭਾ 'ਚ ਪਤਾ ਲੱਗ ਜੂ। ਸਾਹਮਣੇ ਜਦੋਂ ਆ ਰਹੇ ਆਮਣੇ ਸਾਹਮਣੇ ਹੁੰਦੇ ਆ ਫਿਰ ਵੀ ਤੇ MP ਹੈ, ਉਹ ਕਹਿੰਦੇ ਵੀ ਸਾਡੀ ਸਰਕਾਰ ਦੇ ਟਾਈਮ ਤੇ ਲਾਗੂ ਹੋਏ। ਦੇਖੋ ਉਹਨੂੰ ਕਹਾ ਵੀ ਜਿਹੜਾ ਤੂੰ ਕੰਮ ਕਰਾਇਆ ਵਾ ਕੋਈ ਇੱਕ ਕੰਮ ਸਿੰਗਲ ਦਿਖਾ ਵੀ ਮੈਂ MP ਨੇ। ਕੱਲ੍ਹ ਉਹ ਅਲੱਗ ਅਲੱਗ ਕੌਂਸੀਜੋਂਸੀਆਂ ਦੇ ਵਿੱਚ ਜਾ ਕੇ ਆਪਣੇ ਹੱਕ ਜਿਤਾਉਂਦਾ ਫਿਰਦਾ, ਇਹਦੇ ਕਾਂਗਰਸੀਆਂ ਨੂੰ ਇਹ ਪੁੱਛ ਲਿਓ ਇਹਦੇ ਇਮਾਨ ਨਾਲ, ਇਹਨਾਂ ਨੂੰ ਕਹੋ ਵੀ ਕਿਸੇ ਰੱਬ ਨੂੰ ਹਾਜ਼ਰਨਾਜ਼ੀ ਕਰਕੇ ਕਹਿ ਦਿਓ ਵੀ ਲੁਧਿਆਣੇ ਦੇ MP ਤੋਂ ਤੁਸੀਂ ਖੁਸ਼ ਹੋ, ਇੱਕ ਵੀ ਕਾਂਗਰਸੀ ਆ ਇਹਦੇ ਨਾਲ ਨਹੀਂ ਹੈਗਾ। ਤੁਸੀਂ ਕਰ ਗਏ ਸ਼ੁਰੂਆਤ ਇੱਥੇ ਆ ਦੇਖੋ ਹੁਣ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਸਾਰਾ ਕੰਮ ਹੋਊਗਾ ਇੱਥੇ ਆ। ਹੁਣ ਅਗਲੇ ਮਹੀਨੇ ਪਾਰਕ ਪੂਰਕ ਸਾਰਾ ਕੁਝ ਤਿਆਰ ਹੋ ਜਾਣਾ, ਵਧੀਆ ਬਣਾ ਕੇ ਦੇਣਾ, ਇਹਨਾਂ ਤਰ੍ਹਾਂ ਕਾਗਜ਼ਾਂ ਦੇ ਵਿੱਚ ਨਹੀਂ ਬਣਾਉਣਾ।
ਪ੍ਰੈਕਟੀਕਲ ਕੰਮ ਜਿਹੜਾ ਵਾ ਜਦੋਂ ਬੱਚਿਆਂ ਦੇ ਬਹਿਣ ਦੇ ਔਰ ਵਧੀਆ ਬਣਾ ਕੇ ਦਿੱਤਾ ਜਾਊਗਾ। ਹੁਣ ਤਾਂ ਸਿਰਫ ਰਾਜਨੀਤੀ ਰੋਟੀਆਂ ਸੇਕਦੇ ਫਿਰਦੇ ਐਮ ਪੀ ਸਾਹਿਬ। ਦੇਖੋ ਮੈਂ ਅੱਛੇ ਐਡਮਿਸ਼ਨ ਹੋ ਰਹੀ ਆ ਮੇਰੀਆਂ ਮਾਵਾਂ ਬੱਚਿਆਂ ਨੂੰ ਲੈ ਕੇ ਆਈਆਂ ਭੈਣਾਂ, ਉਹ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਜਿਹੜਾ ਵਾ ਉਹ ਇੱਥੇ ਅੱਜ ਐਡਮਿਸ਼ਨਾਂ ਹੋ ਰਹੀਆਂ ਨੇ। ਅਸੀਂ ਸਾਰੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ, ਮੇਰੀਆਂ ਭੈਣਾਂ, ਮਾਵਾਂ, ਬਜ਼ੁਰਗ, ਬੱਚੇ ਔਰ ਨੌਜਵਾਨ ਸਾਥੀ, ਅਸੀਂ ਸਾਰੇ ਲੱਗ ਕੇ ਇਸ ਸਕੂਲ ਨੂੰ ਵਧੀਆ ਕੌਨਵੈਂਟ ਵਰਗਾ ਸਕੂਲ ਬਣਾ ਕੇ ਬੱਚਿਆਂ ਦੇ ਸਪੁਰਦ ਕਰਨਾ। ਉਧਰ ਐਮ ਪੀ ਰਵਨੀਤ ਬਿੱਟੂ ਨੇ ਗੱਲਬਾਤ ਕਰਦੇ ਜ਼ਿਕਰ ਕੀਤਾ ਕਿ ਸਕੂਲ ਕਾਂਗਰਸ ਦੀ ਸਰਕਾਰ ਦੇ ਸਮੇਂ ਬਣਾਇਆ ਗਿਆ ਸੀ ਤੇ ਹੁਣ ਇਹ ਲੋਕ ਇਸ ਸਕੂਲ ਤੇ ਬਣਨ ਦੇ ਵਿੱਚ ਆਪਣੀਆਂ ਉਪਲਬਧੀਆਂ ਗਿਣਵਾ ਰਹੇ ਨੇ। ਉਹਨਾਂ ਜ਼ਿਕਰ ਕੀਤਾ ਕਿ ਜਿੱਥੇ ਸਕੂਲ ਦੇ ਬਣਨ ਦੇ ਨਾਲ ਬੱਚਿਆਂ ਨੂੰ ਪੜ੍ਹਨ ਦੇ ਲਈ ਸਿੱਖਿਆ ਮਿਲੇਗੀ ਤਾਂ ਉੱਥੇ ਉਹਨਾਂ ਨੇ ਜ਼ਿਕਰ ਕੀਤਾ ਕਿ ਹਾਲੇ ਤੱਕ ਇੱਥੇ ਐਡਮਿਸ਼ਨਾਂ ਸ਼ੁਰੂ ਨਹੀਂ ਹੋਈਆਂ। ਇਸ ਮੌਕੇ ਹੋਰ ਐਮ ਪੀ ਰਵਨੀਤ ਬਿੱਟੂ ਨੇ ਬੋਲਦੇ ਹੋਏ ਕੀ ਕੁਛ ਕਿਹਾ, ਉਹ ਸੁਣ ਲੈਂਦੇ ਆ। ਇੱਥੇ 4 ਗੁੰਡੇ ਭੇਜਤੇ ਮੁਰਦਾਬਾਦ ਦੇ ਨਾਰੇ ਲਾਉਣ ਵਾਲੇ, ਉਹ ਵੀ ਅਸੀਂ ਤਾਂ ਤਾਲਾ ਖੋਲ੍ਹਣ ਗਏ ਹਾਂ ਲੋਕਾਂ ਲਈ ਸਕੂਲ, ਅਸੀਂ ਦੱਸਣ ਗਏ ਹਾਂ ਵੀ ਆਹ ਵੀ ਸਕੂਲ ਬਣਿਆ ਪਿਆ, ਇਹਨੂੰ ਵੀ ਚਲਾਓ। ਜਿਹੜਾ ਸਾਡੇ ਸੋਨੂ ਡੀਕੂ ਦੇ ਜਿਹੜਾ ਏਰੀਏ 'ਚ ਆ, ਉਹ ਐਡੀ ਬੜੀ ਬਿਲਡਿੰਗ ਪੜੀ ਆ, ਉਹਨੂੰ ਤਾਲਾ ਲਾਇਆ, ਉਹ ਮੈਂ ਤਾਲਾ ਜਾ ਕੇ ਖੋਲ੍ਹਿਆ। ਹੁਣ ਮੈਂ ਤਾਲਾ ਖੋਲ੍ਹ ਕੇ ਆਇਆ, ਫਿਰ ਉੱਤੋਂ ਉਹਨਾਂ ਦੇ ਬੰਦਿਆਂ ਨੇ ਫਿਰ ਉੱਤੇ ਤਾਲੇ ਲਾ ਤੇ ਵੀ ਨਹੀਂ ਖੁੱਲੂਗਾ। ਅਤੇ ਦੇਖੋ ਮੈਂ ਤਾਂ ਕੁਛ ਨਹੀਂ ਕਹਿੰਦਾ ਉਹਨਾਂ ਨੂੰ, ਮੈਂ ਤਾਂ ਬਹੁਤ ਸਤਿਕਾਰ ਨਾਲ ਉਹਨਾਂ ਨੂੰ ਮੈਂ ਤਾਂ ਉਹਨਾਂ ਦੇ ਨਾਲ ਇਸ ਗੱਲਾਂ 'ਚ ਉਲਝਣਾ ਹੀ ਨਹੀਂ ਚਾਹੁੰਦਾ। ਕਿਉਂ ਉਲਝੀਏ, ਅਸੀਂ ਤਾਂ ਲੋਕਾਂ ਨੂੰ ਕੰਮ ਦੱਸਣੇ ਆ ਆਪਣੇ ਵੀ। ਅਸੀਂ 5 ਸਾਲ 'ਚ ਅਤੇ 7 ਸਾਲ 'ਚ ਮੈਂ ਹਜੇ ਵੀ ਮੌਜੂਦਾ ਐਮ ਪੀ ਹਾਂ ਅਤੇ ਅਸੀਂ ਆਪਣੇ ਦੱਸ ਰਹੇ ਹਾਂ ਵੀ ਉੱਥੇ ਦੇ ਉੱਥੇ ਕੰਮ ਖੜ੍ਹੇ ਆ ਭਾਈ, ਤੁਸੀਂ ਕੁਛ ਕਰੋ ਤਾਂ ਸਹੀ, ਦੱਸੋ ਤਾਂ ਸਹੀ ਲੋਕਾਂ ਨੂੰ ਅਸੀਂ ਕੀਤਾ ਕੀ ਆ। ਤੁਹਾਡੇ 2 ਸਾਲ ਹੋ ਗਏ, ਤੁਸੀਂ ਸਾਡੇ ਤਾਂ ਛੱਡੋ, ਤੁਹਾਡੇ 2 ਸਾਲ ਹੋਏ, ਤੁਸੀਂ ਇੱਕ ਚੀਜ਼ ਦੱਸ ਦਿਓ ਵੀ ਅਸੀਂ ਇੱਕ ਚੀਜ਼ ਬਜਟ ਤੀਜਾ ਨਹੀਂ ਗਿਆ ਲੁਧਿਆਣੇ ਲਈ, ਇੱਕ ਚੀਜ਼ ਗਣਾ ਲਓ, ਤੁਸੀਂ ਕਿਉਂ ਨਹੀਂ ਪੁੱਛਦੇ ਹੁੰਦੇ ਵੀ ਯਾਰ ਦੱਸੋ ਵੀ ਤੁਸੀਂ 2 ਸਾਲ ਤੀਜਾ ਬਜਟ ਨਹੀਂ ਗਿਆ, ਕੀ ਲਿਆਂਦਾ ਇੱਥੇ ਲਈ ਲੁਧਿਆਣੇ ਲਈ? ਆਹ ਸਾਡੇ ਵੇਲੇ ਦੇ ਸਾਰੇ ਬੰਦ ਰੱਖੇ ਹੋਏ ਆ, ਕਦੇ ਨਹੀਂ। ਚਲੋ ਮੈਂ ਆਫਿਸਰ ਦਾ ਵੱਡਿਆਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹ ਤਾਂ ਮੁਲਾਜ਼ਮ ਹੁੰਦੇ ਆ, ਉਹਨਾਂ ਦਾ ਇਹਦੇ ਵਿੱਚ ਉਹਨਾਂ ਨੇ ਤਾਂ ਸੱਚਾਈ ਦੱਸਣੀ ਆ। ਅਤੇ ਨਾਲੇ ਇਹ ਸਕੂਲ ਕਹੀ ਜਾਂਦੇ ਆ, ਲੋਕ ਚਾਹੁੰਦੇ ਆ ਸਕੂਲ, ਚਾਹੇ ਸੀਨੀਅਰ ਸੈਕੰਡਰੀ ਸਕੂਲ ਹੋਵੇ ਚਾਹੇ ਕੋਈ ਹੋਵੇ, ਲੋਕ ਚਾਹੁੰਦੇ ਆ ਵੀ ਇਹ, ਕਿਉਂਕਿ ਬਹੁਤ ਦੂਰ ਦੂਰ ਇੱਥੇ ਸਕੂਲ ਨਹੀਂ ਤਾਂ ਹੀ ਉਰੇ ਬਣਾਇਆ ਸੀ ਵੀ ਇੱਥੇ ਛੋਟਾ ਨਰਸਰੀ ਤੋਂ ਲੈ ਕੇ 12th ਤੱਕ ਸਕੂਲ ਹੋਣਾ ਚਾਹੀਦਾ ਕਿਉਂਕਿ ਬਹੁਤ ਜਗ੍ਹਾ ਹੈ, ਬਹੁਤ ਬੜੀ ਬਿਲਡਿੰਗ ਆ ਅਤੇ ਉਹ ਹੀ ਇੱਥੇ ਮੈਂ ਸਮਝਦਾ ਸੀ ਕਰਾ ਕੇ ਹਟਾਂਗੇ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।